ਤੇ ਦੋਸਤੋ ਸ਼ੁਰੂ ਕਰਦੇ ਆ 2 April 2021 ਦੀਆਂ ਟੈਕ ਅਪਡੇਟਸ ਸਭ ਤੋਂ ਪਹਿਲੇ ਨੰਬਰ ਤੇ ਪਰ ਅਪਡੇਟ ਆ ਰਹੀ ਹੈ Oppo ਦੇ ਫੋਨ ਨੂੰ ਲੈ ਕੇ Oppo ਨੇ ਆਪਣਾ F19 Pro F19 Pro Plus ਲਾਸਟ ਮੰਥ ਲਾਂਚ ਕਰ ਦਿੱਤਾ ਸੀਗਾ ਤੇ ਹੁਣ ਇੱਕ ਹੋਰ ਮਾਡਲ ਲਾਂਚ ਹੋਣ ਜਾ ਰਿਹਾ ਹੈ F19 Sri Lanka ਦੇ ਵਿੱਚ ਇਸ ਨੂੰ ਰਿਵੀਲ ਕਰ ਦਿੱਤਾ ਗਿਆ ਤੇ ਇੰਡੀਆ ਦੇ ਵਿੱਚ ਆਪਾਂ ਨੂੰ 6 April ਨੂੰ ਲਾਈਵ ਇਵੈਂਟ ਦੇਖਣ ਨੂੰ ਮਿਲ ਜਾਊਗਾ ਇਸ 스마트ਫੋਨ ਦਾ ਤੇ ਇਸ ਤੋਂ ਇਲਾਵਾ ਜੇ ਆਪਾਂ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਦੋਸਤੋ ਇਹਦੇ ਵਿੱਚ ਆਪਾਂ ਨੂੰ 6.43 ਇੰਚ ਆਫ ਦੀ ਐਮੂਲਟ ਡਿਸਪਲੇ FHD ਪਲੱਸ ਮਿਲੂਗੀ ਤੇ 60 ਹਰਟਜ਼ ਰਿਫਰੈਸ਼ ਰੇਟ ਹੋਊਗਾ ਤੇ ਇਸ ਦੀ ਸਕਰੀਨ ਦੇ ਵਿੱਚ ਆਪਾਂ ਨੂੰ ਫਿੰਗਰਪ੍ਰਿੰਟ ਸਕੈਨਰ ਵੀ ਦੇਖਣ ਨੂੰ ਮਿਲ ਜਾਊਗਾ 16 ਮੈਗਾਪਿਕਸਲ ਦਾ 셀ਫੀ ਸ਼ੂਟਰ ਹੋਊਗਾ ਤੇ ਤਿੰਨ ਆਪਾਂ ਨੂੰ ਕੈਮਰਾ ਮੈਜੂਲ ਬੈਕ ਸਾਈਡ ਉੱਪਰ ਦੇਖਣ ਨੂੰ ਮਿਲੂਗੀ 48 ਮੈਗਾਪਿਕਸਲ 2 ਮੈਗਾਪਿਕਸਲ ਮੈਕਰ ਹੋਊਗਾ ਤੇ 2 ਮੈਗਾਪਿਕਸਲ ਦਾ ਆਪਾਂ ਨੂੰ ਡੈਪਥ ਕੈਮਰਾ ਹੋਊਗਾ ਤੇ ਇਸ ਤੋਂ ਇਲਾਵਾ ਪ੍ਰੋਸੈਸਰ ਆਪਾਂ ਨੂੰ سناਪ ਡ੍ਰੈਗਨ 662 ਦੇਖਣ ਨੂੰ ਮਿਲੂਗਾ 6GB RAM 128GB ROM ਨਾਲ ਆਊਗਾ ਇਸ ਤੋਂ ਇਲਾਵਾ ਦੋਸਤੋ ਇਹਦੇ ਵਿੱਚ ਮੈਕ્રો ਐਫ ਡੀ ਕਾਰਡ ਵੀ ਲਗਾ ਸਕਦੇ ਆ 5000mAh ਦੀ ਬੈਟਰੀ ਹੋਊਗੀ ਤੇ 33V ਦਾ ਫਾਸਟ ਚਾਰਜਰ ਐਂਡ ਐਂਡਰੋਇਡ 11 ਉਪਰੇ ਫੋਨ ਹੋਊਗਾ ਤੇ ਜਲਦੀ ਆਪਾਂ ਇਹ ਫੋਨ ਨੂੰ ਵੀ ਦੇਖਾਂਗੇ ਇੰਡੀਆ ਦੇ ਵਿੱਚ ਨੈਕਸਟ ਅਪਡੇਟ ਕਾਫੀ ਇਰ ਇੰਟਰਸਟਿੰਗ ਆ ਦੋਸਤੋ ਵੀਵੋ ਕੰਪਨੀ ਨੇ ਜੋ ਥੋੜੇ ਦਿਨ ਪਹਿਲਾਂ ਹੀ X60 ਇੰਟਰੋਡਿਊਸ ਕੀਤਾ ਸੀਗਾ ਆਪਾਂ ਨੂੰ ਉਹਨਾਂ ਦੀ ਪ੍ਰੀ ਬੁਕਿੰਗ ਸ਼ੁਰੂ ਹੋ ਗਈ ਆ ਤੇ ਜਿੱਦਾਂ ਹੀ ਪ੍ਰੀ ਬੁਕਿੰਗ ਸ਼ੁਰੂ ਹੋਈ ਆ ਤੇ ਉਹਨਾਂ ਦੀ ਜੋ ਸੇਲ ਆ ਦੁੱਗਣੀ ਹੋ ਗਈ ਆ ਉਹਨਾਂ ਦੇ ਪ੍ਰੀਵੀਅਸ ਮਾਡਲ ਨਾਲ ਜੋ X50 ਸੀਗਾ X50 ਦੇ ਨਾਲੋਂ X60 ਦੀ ਦੁੱਗਣੀ ਪ੍ਰੀ-ਬੁਕਿੰਗ ਹੋ ਚੁੱਕੀ ਆ ਤੇ ਜਦੋਂ ਫੋਨ ਲਾਂਚ ਹੋਣਾ ਆ ਉਦੋਂ ਤੱਕ ਪਤਾ ਨਹੀਂ ਕਿੰਨੇ ਫੋਨ ਸੇਲ ਹੋ ਜਾਣੇ ਵਿਵੋ ਕੰਪਨੀ ਦੇ ਇਹ ਕਾਫੀ ਜ਼ਿਆਦਾ ਵਧੀਆ ਇੱਕ ਇੰਟਰਸਟਿੰਗ ਅਪਡੇਟ ਸੀਗੀ ਜਿੱਥੇ ਇੱਥੇ ਵਿਵੋ Oppo Xiaomi Realme ਕੰਪਨੀਆਂ ਸਾਰੇ ਜ਼ਿਆਦਾ ਪ੍ਰੋਗਰੈਸ ਕਰਦੀਆਂ ਜਾ ਰਹੀਆਂ ਤੇ ਉੱਥੇ ਜੋ LG ਨੇ ਕੁਵਿਟ ਕਰਨ ਦਾ ਫੈਸਲਾ ਲੈ ਲਿਆ ਆ ਤੇ ਕੁਵਿਟ ਕਰ ਚੁੱਕਾ ਆ LG ਹੁਣ ਕੋਈ ਵੀ ਮੋਬਾਈਲ ਫੋਨ ਇੰਟਰੋਡਿਊਸ ਨਹੀਂ ਕਰੂਗਾ ਆਉਣ ਵਾਲੇ ਫਿਊਚਰ ਵਿੱਚ ਤੇ ਇਹ کافی ਵਾਰ ਇੱਕ ਸਾਈਡ ਅਪਡੇਟ ਸੀਗੀ ਜੇ ਤੁਸੀਂ ਇੱਕ LG ਲਵਰ ਹੋ ਨੈਕਸਟ ਅਪਡੇਟ ਹੈ ਦੋਸਤੋ ਟੈਕਨੋ ਫੋਨ ਨੂੰ ਲੈ ਕੇ ਟੈਕਨੋ ਨੇ ਆਪਣਾ ਲਾਉਂਚ ਸਤੰਬਰ ਸਪਾਰਕ 6 ਕਰਕੇ ਇੱਕ ਫੋਨ ਲਾਂਚ ਕੀਤਾ ਸੀਗਾ ਜਿਹਦੇ ਵਿੱਚ ਆਪ ਨੂੰ ਹਿਲੀਓ ਜੀ 70 ਪ੍ਰੋਸੈਸਰ ਦੇਖਣ ਨੂੰ ਮਿਲਿਆ ਸੀਗਾ ਤੇ ਹੁਣ ਇਹ ਕੰਪਨੀ ਇੱਕ ਹੋਰ ਫੋਨ ਲਾਂਚ ਕਰਨ ਜਾ ਰਹੀ ਹੈ ਟੈਕਨੋ ਸਪਾਰਕ 7 ਕਰਕੇ ਜੋ ਪਰ ਨੈਕਸਟ ਵੀਕ ਇੰਡੀਆ ਦੇ ਵਿੱਚ ਦੇਖਣ ਨੂੰ ਮਿਲ ਜੂਗਾ ਵਾਟਰ ਡ੍ਰੌਪ ਨੋਜ ਦੇ ਨਾਲ ਆਊਗਾ ਇਸ ਤੋਂ ਇਲਾਵਾ ਦੋਸਤੋ ਆਪਾਂ ਵਿੱਚ 3.5 mm ਜੈਕ ਵੀ ਦੇਖਣ ਨੂੰ ਮਿਲੂਗਾ 6.8 ਦੀ HD ਡਿਸਪਲੇ ਤੇ 5000 ਰੈਮੀ ਦੀ ਬੈਟਰੀ ਏਸ ਫੂਨ ਦੇਖਣ ਮਿਲ ਸਕਦੀ ਆ ਜਾਦਾ ਕੁਝ ਆਪਾਂ ਨੂੰ ਸਪੈਸੀਫਿਕੇਸ਼ਨ ਏਸ ਫੂਨ ਦੇ ਬਾਰੇ ਹੇਠ ਤੱਕ ਪਤਾ ਨਹੀਂ ਲੱਗ ਰਿਹਾ ਰਿਪੋਰਟ ਤੋਂ ਜਿੱਦਾਂ ਹੀ ਕੋਈ ਅਪਡੇਟ ਨਿਊ ਆਉਂਦੀ ਆ ਤੇ ਮੈਂ ਤੁਹਾਡੇ ਨਾਲ ਜਲੂ ਸ਼ੇਅਰ ਕਰੂੰਗਾ ਤੇ ਟੈਕਨੋ ਦੀ ਤਰ੍ਹਾਂ ਰੀਅਲਮੀ ਨੇ ਵੀ ਇੰਟਰੋਡਿਊਸ ਕੀਤਾ ਸੀਗਾ ਲਾਫ ਸਤੰਬਰ ਦੇ ਵਿੱਚ ਐਕਸ 7 ਪ੍ਰੋ ਕਰਕੇ ਇੱਕ ਮਾਡਲ ਤੇ ਉਸ ਦਾ ਇੱਕ ਨਿਊ ਵਰਜਨ ਆ ਰਿਹਾ ਹੈ ਦੋਸਤੋ ਜਿਸ ਦਾ ਨਾਮ ਰੱਖਿਆ ਗਿਆ ਐਕਸ 7 ਪ੍ਰੋ ਅਲਟਰਾ ਅਲਟਰਾ ਨਾਮ ਸੁਣ ਕੇ ਤੁਹਾਨੂੰ ਲੱਗਦਾ ਹੋਣਾ ਕਿ ਇਹਦੇ ਵਿੱਚ ਆਪਾਂ ਨੂੰ ਕੁਝ ਬੈਟਰ ਚੀਜ਼ਾਂ ਦੇਖਣ ਨੂੰ ਮਿਲੂਗੀਆਂ ਬਟ ਦੋਸਤੋ ਮੈਂ ਤੁਹਾਨੂੰ ਦੱਸ ਦਵਾਂ ਕਿ ਇੱਥੇ ਅਲਟਰਾ ਵੇਂਡ ਵਿੱਚ ਆਪਾਂ ਨੂੰ ਕਾਫੀ ਕੁਝ ਏਦਾਂ ਦਾ ਹੈਗਾ ਜੋ ਆਪਾਂ ਨੂੰ ਲੈਸ ਦੇਖਣ ਨੂੰ ਮਿਲੂਗਾ ਜੇ ਆਪਾਂ ਕੰਪੇਰੀਜ਼ਨ ਕਰਾਂਗੇ ਐਕਸ 7 Pro ਦੇ ਨਾਲ ਜਿੱਦਾਂ ਕਿ ਆਪਾਂ ਨੂੰ ਐਕਸ 7 Pro ਦੇ ਵਿੱਚ 120 ਹਰਟਜ਼ ਰਿਫਰੈਸ਼ ਰੇਟ ਦੇਖਣ ਨੂੰ ਮਿਲਦਾ ਸੀਗਾ ਬਟ ਅਲਟਰਾ ਵਿੱਚ ਫਿਰ ਆਪਾਂ ਨੂੰ 90 ਹਰਟਜ਼ ਰਿਫਰੈਸ਼ ਰੇਟ ਦੇਖਣ ਨੂੰ ਮਿਲੂਗਾ ਇਸ ਤੋਂ ਇਲਾਵਾ কার্ভ ডিসপ্লে ਮਿਲੂਗੀ ਤੇ ਜੇ ਆਪਾਂ ਗੱਲ ਕਰੀਏ X7 Pro ਦੀ ਤੋਰੇ ਵਿੱਚ ਆਪ ਨੂੰ ਚਾਰ ਕੈਮਰਾ ਦੇਖਣ ਨੂੰ ਮਿਲਦੇ ਫਿਰ ਤੇ ਇਹਦੇ ਵਿੱਚ আল্ট্রਾ ਵਿੱਚ ਫਿਰ ਤਿੰਨ ਕੈਮਰਾ ਦੇਖਣ ਨੂੰ ਮਿਲਦੇ ਪਿਆ ਜੋ 2 ਮੈਗਾਪਿਕਸਲ ਦਾ ਡੈਪਥ ਕੈਮਰਾ ਹੈ ਉਹ ਹੁਣ ਆਪਾਂ ਨੂੰ আল্ট্রਾਵਾਇਡ ਦੇਖਣ ਨੂੰ ਨਹੀਂ ਮਿਲੂਗਾ ਸਿਰਫ 48 ਮੈਗਾਪਿਕਸਲ ਦਾ ਪ੍ਰਾਇਮਰੀ 8 ਮੈਗਾਪਿਕਸਲ ਦਾ আল্ট্রਾਵਾਇਡ 2 ਮੈਗਾਪਿਕਸਲ ਦਾ ਮੈਕਰੋ ਯੂਨਿਟ ਦੇਖਣ ਨੂੰ ਮਿਲੂਗਾ ਡੈਪਥ ਕੈਮਰਾ ਇਸ আল্ট্রਾਵਾਇਡ ਵਿੱਚ ਨਹੀਂ ਹੋਊਗਾ ਇਸ ਤੋਂ ਇਲਾਵਾ ਦੋਸਤੋ ਆਪਾਂ ਨੂੰ ਇਹਦੇ ਵਿੱਚ ਕੀ ਕੀ ਵਧੀਆ ਮਿਲੂਗਾ ਉਹ ਵੀ ਮੈਂ ਤੁਹਾਨੂੰ ਦੱਸ ਦਵਾਂ ਅਲਟਰਾ ਵੇਰੀਐਂਟ ਵਿੱਚ ਆਪਾਂ ਨੂੰ ਐਂਡਰੋਇਡ 11 ਦੀ ਅਪਡੇਟ ਦੇਖਣ ਮਿਲੂਗੀ ਜੇ ਆਪਾਂ ਆਊਟ ਆਫ ਬਾਕਸ ਇਸ ਨੂੰ ਫੋਨ ਕੱਢਾਂਗੇ ਰੀਅਲਮੀ ਦੀ UI 2.0 ਦੇਖਣ ਮਿਲੂਗੀ ਤੇ ਜੋ X7 Pro ਆ ਜੋ ਲਾਸਟ ਸਤੰਬਰ ਲਾਂਚ ਕੀਤਾ ਸੀਗਾ ਉਹਦੇ ਵਿੱਚ ਆਪਾਂ ਨੂੰ ਹਜੇ ਵੀ Android 10 ਉੱਪਰ UI 1.0 ਦੇਖਣ ਨੂੰ ਮਿਲਦੀ ਪਈ ਹੈ ਇਸ ਤੋਂ ਇਲਾਵਾ ਦੋਸਤੋ ਵਧੀਆ ਗੱਲ ਕਰਾਂ ਅਲਟਰਾ ਦੇ ਵਿੱਚ ਆਪਾਂ ਨੂੰ 128GB ਦੇ ਨਾਲ 8GB RAM ਦੇਖਣ ਨੂੰ ਮਿਲੇਗੀ ਜਾਂ 256 ਦੇ ਨਾਲ ਆਪਾਂ ਨੂੰ 12GB ਦੀ RAM ਦੇਖਣ ਮਿਲ ਸਕਦੀ ਆ ਤੇ ਇਸ ਤੋਂ ਇਲਾਵਾ 65W ਦਾ ਫਾਸਟ ਚਾਰਜਰ ਇਸ ਫੋਨ ਦੇ ਨਾਲ ਆਊਗਾ ਤੇ ਕੁਝ ਕੁਸ਼ ਕੁਸ਼ ਗੱਲਾਂ ਆਪਾਂ ਨੂੰ ਵਧੀਆ ਮਿਲ ਜਾਂਦੀਆਂ ਤੇ ਕੁਝ ਕੁਸ਼ ਕੁਸ਼ ਗੱਲਾਂ ਆਪਾਂ ਨੂੰ ਮਾੜੀਆਂ ਦੇਖਣ ਨੂੰ ਮਿਲ ਜਾਂਦੀਆਂ ਤੇ ਪੂਰੇ ਸਪੈਸੀਫਿਕੇਸ਼ਨ ਆਪਾਂ ਨੂੰ ਜਲਦੀ ਹੀ ਦੇਖਣ ਨੂੰ ਮਿਲ ਜੂਗੇ ਤੇ ਜਦੋਂ ਵੀ ਆਪਾਂ ਨੂੰ ਇਸ ਬਾਰੇ ਕੋਈ ਅਪਡੇਟ ਮਿਲਦੀ ਆ ਤੇ ਮੈਂ ਤੁਹਾਡੇ ਨਾਲ ਜਰੂਰ ਸ਼ੇਅਰ ਕਰੂੰਗਾ ਸਦਾ ਮੈਂ ਤੁਹਾਡੇ ਨਾਲ ਗੱਲ ਸ਼ੇਅਰ ਕੀਤੀ ਸੀ ਕਿ ਇਸ ਮਨਤ ਵਿੱਚ ਆਪਾਂ ਨੂੰ ਕਾਫੀ ਕੁਸ਼ ਨਵੇਂ ਦੇਖਣ ਨੂੰ ਮਿਲ ਸਕਦਾ ਹੈ 스마트ਫੋਨ ਅੰਡਰਾਫਟ ਦੇ ਵਿੱਚ ਤੇ ਸੇਮ ਉਸੇ ਤਰ੍ਹਾਂ ਆਪਾਂ ਨੂੰ ਇਸ ਮਨਤ ਵਿੱਚ ਸੋਨੀ ਐਕਸਪੀਰੀਆ ਫੋਨ ਵੀ ਦੇਖਣ ਨੂੰ ਮਿਲ ਜੂਗਾ ਜੇ ਫਿਰ ਦਾ ਲਾਈਵ ਈਵੈਂਟ ਹੋਣ ਵਾਲਾ ਆ April 14 ਨੂੰ ਤੇ ਉਸ ਤੋਂ ਬਾਅਦ ਆਪਾਂ ਨੂੰ ਕਾਫੀ ਕੁਝ A Spoon ਦੇ ਬਾਰੇ ਪਤਾ ਲੱਗ ਜਾਊਗਾ ਤੇ ਮੈਂ ਇਹਦੇ ਉੱਪਰ ਜ਼ਰੂਰ ਇੱਕ ਸੈਪਰੇਟ ਵੀਡੀਓ ਬਣਾ ਕੇ ਲੈ ਕੇ ਆਉਂਗਾ ਨੈਕਸਟ ਅਪਡੇਟ ਦੀ ਗੱਲ ਕਰੀਏ ਦੋਸਤੋ ਇਹ ਇੱਕ ਅਪਡੇਟ ਨਹੀਂ ਕੀ ਬਟ ਇੱਕ ਵੀਡੀਓ ਜ਼ਰੂਰ ਨਿਕਲ ਕੇ ਆਉਂਦੀ ਵੀ ਹੈ ਜਿਸ ਤੋਂ ਆਪਾਂ ਨੂੰ ਇਹ ਪਤਾ ਲੱਗਦਾ ਹੈ ਕਿ OnePlus 9 Pro ਕਿ ਇਸ ਤਰ੍ਹਾਂ ਦਾ ਆਪਾਂ ਨੂੰ ਇਨ ਬਿਲਟ ਮਿਲਦਾ ਆ ਇੱਕ ਵੀਡੀਓ ਨਿਕਲ ਕੇ ਆਉਂਦੀ ਵੀ ਆ ਦੋਸਤੋ ਜਿਹਦੇ ਵਿੱਚ ਇਸ ਫੋਨ ਨੂੰ ਖੋਲ ਕੇ ਦੇਖਿਆ ਗਿਆ ਆ ਇਸ ਦੇ ਕੈਮਰਾ ਸਾਈਡੋਂ ਦੇਖਿਆ ਗਿਆ ਆ ਇਸ ਦੇ ਵਾਇਰਲੈਸ ਚਾਰਜਿੰਗ ਦੇਖਿਆ ਗਿਆ ਤੇ ਬੈਟਰੀ ਵਗੈਰਾ ਸਭ ਕੁਝ ਚੈੱਕ ਕੀਤਾ ਗਿਆ ਆ ਪਤਾ ਨਹੀਂ ਲੋਕ ਕਿਉਂ ਕਰਦੇ ਆ ਨਵਾਂ ਫੋਨ ਬਾਇ ਕਰਦੇ ਆ ਤੇ ਉਸ ਨੂੰ ਖੋਲਣ ਲੱਗ ਪੈਂਦੇ ਆ ਇੰਡੀਆ ਦੇ ਵਿੱਚ ਤਾਂ ਆਪਾਂ ਫੋਨ ਬਾਇ ਕਰਦੇ ਆ ਚਲਾਉਣ ਦੇ ਲਈ ਤੇ ਫੋਰਨ ਦੇ ਵਿੱਚ ਫੋਨ ਬਾਇ ਕਰਦੇ ਆ ਪਹਿਲਾਂ ਉਸ ਨੂੰ ਖੋਲ ਕੇ ਦੇਖਦੇ ਆ ਕਿ ਇਹਦੇ ਵਿੱਚ ਕੀ ਕੀ ਆ ਤੇ ਇੱਕ ਕਾਫੀ ਜਰਾ ਇੰਟਰਸਟਿੰਗ ਵੀਡੀਓ ਨਿਕਲੀ ਆਉਂਦੀ ਪਈ ਆ ਜੇ ਤੁਸੀ ਫੁੱਲ ਵੀਡੀਓ ਦੇਖਣੀ ਹੈ ਤੁਹਾਨੂੰ ਮੈਂ ਲਿੰਕ ਦੇ ਦੂੰਗਾ ਡਿਸਕ੍ਰਿਪਸ਼ਨ ਚ ਉੱਥੇ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ ਇਸ ਤੋਂ ਅੱਜ ਦੀ ਲਾਸਟ ਅਪਡੇਟ ਬਾਰੇ ਵੀ ਗੱਲ ਕਰ ਲੈਨੇ ਆ ਅੱਜ ਦੀ ਲਾਸਟ ਅਪਡੇਟ ਕਾਫੀ ਜਰਾ ਅਮੇਜ਼ਿੰਗ ਹੈ ਦੋਸਤੋ ਕਾਫੀ ਜਰਾ ਤੁਹਾਨੂੰ ਸ਼ੌਕ ਲੱਗੂਗਾ ਇਹ ਨਿਊਜ਼ ਸੁਣ ਕੇ Mi 11 Ultra ਜੋ ਥੋੜੇ ਦਿਨ ਪਹਿਲਾਂ ਹੀ Xiaomi ਨੇ ਇੰਟਰੋਡਿਊਸ ਕੀਤਾ ਸੀਗਾ ਚਾਈਨਾ ਦੇ ਵਿੱਚ ਤੇ ਉਸ ਦੀ ਫਰਸਟ ਸੇਲ ਸ਼ੁਰੂ ਹੋ ਗਈ ਸੀਗੀ ਤੇ ਫਰਸਟ ਸੇਲ ਉੱਪਰ ਹੀ ਉਹਨਾਂ ਨੇ 1.2 ਬਿਲੀਅਨ ਰੇਵਨਿਊ ਜਨਰੇਟ ਕਰ ਲਿਆ ਇੰਨੇ ਪੈਸੇ ਉਹਨਾਂ ਨੇ ਇਹ smartphone ਤੋਂ ਜਨਰੇਟ ਕਰ ਲਿਆ ਆਪਣੀ ਫਰਸਟ ਸੇਲ ਉੱਪਰ ਤੇ ਜੇ ਆਪਾਂ ਨੂੰ ਪੂਰੀ ਧਰਤੀ ਵਿੱਚ ਜਦੋਂ ਇਹ ਫੋਨ ਦੇਖਣ ਮਿਲ ਜੂਗਾ ਤੇ ਕਿੰਨਾ ਪੈਸਾ ਉਹ ਕਿੰਨਾ ਰੈਵਨਿਊ ਇਕੱਠਾ ਕਰ ਲੋਗੇ ਤੇ ਇਹ ਤੁਸੀਂ ਇਮੇਜਿਨ ਕਰ ਸਕਦੇ ਹੋ ਤੇ ਲਾਫ ਦੇ ਵਿੱਚ ਜਾਂਦੇ ਆਂ ਨੇ ਤੁਹਾਨੂੰ ਦੱਸ ਦوں ਦੋਸਤੋ ਕਿ ਇਸ ਫੋਨ ਦੇ ਉੱਪਰ ਆਪਾਂ ਨੂੰ ਐਂਡਰੋਇਡ 11 ਦੀ ਅਪਡੇਟ ਮਿਲ ਚੁੱਕੀ ਆ ਤੇ ਦੋਸਤੋ ਜੇ ਤੁਹਾਡੇ ਕੋਲ ਮੈਟਰੋਲਾ 1 ਹਾਈਪਰ ਹੈਗਾ ਆ ਤਾਂ ਉਹਦੇ ਵਿੱਚ ਐਂਡਰੋਇਡ 11 ਦੀ ਅਪਡੇਟ ਤੁਹਾਨੂੰ ਮਿਲ ਗਈ ਹੋਊਗੀ ਤੇ ਜਰੂਰ ਤੁਸੀਂ ਜਾ ਕੇ ਉਸ ਨੂੰ ਅਪਡੇਟ ਕਰ ਸਕਦੇ ਹੋ ਤੇ ਇਹ ਸਾਰੀਆਂ ਅੱਜ ਦੀਆਂ ਟੈਕ ਅਪਡੇਟਸ ਈਗੀਆਂ ਵੀਡੀਓ ਦੇ ਲਈ ਤੁਸੀਂ ਲਾਈਕ ਕਰ ਦਿਓ ਜੇ ਤੁਸੀਂ ਚੈਨਲ ਉੱਪਰ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਬਟਨ ਜਰੂਰ ਪ੍ਰੈਸ ਕਰ ਲਿਓ ਤਾਜੋ ਆਉਣ ਵਾਲੀਆਂ ਟੈਕ ਅਪਡੇਟਸ ਟੈਕ ਰਿਵਿਊ ਪੰਜਾਬੀ ਰਿਅਰ ਤੁਸੀਂ ਦੇ ਸਕੋ ਮੇਰੇ ਚੈਨਲ ਉਪਰ ਇਸ ਤਰ੍ਹਾਂ ਜਦ ਤੱਕ ਲਈ ਆਪਣਾ ਖਿਆਲ ਰੱਖਿਓ ਲਵ ਯੂ ਪੀਸ ਆਊਟ